ਮਾਲਕ ਦੇ ਦਰਸ਼ਨ, ਕੋਈ ਸਾਨੂੰ ਗੁਰੂ ਸਾਹਿਬਾਨ ਜੀ ਦੀ ਗੱਲ ਸੁਣਾ ਦਿੰਦਾ ਹੈ ਨਾ, ਕੋਈ ਸਾਨੂੰ ਗੁਰੂ ਸਾਹਿਬਾਨ ਜੀ ਦੇ ਪਾਵਨ ਉਪਦੇਸ਼ ਦੇ ਨਾਲ ਜੋੜਨ ਦੇ ਲਈ ਪ੍ਰੇਰਿਤ ਕਰ ਦਿੰਦਾ ਹੈ ਨਾ, ਸਾਡੇ ਮਨ ਦੇ ਵਿੱਚ ਗੁਰੂ ਦਾ ਪਾਵਨ ਰੱਬੀ ਕਲਾਮ ਸੁਣਨ ਦਾ ਚਾਅ ਉੱਠਦਾ ਹੈ ਨਾ, ਇਹ ਅਸਲ ਦੇ ਵਿੱਚ ਮਾਲਕ ਦੇ ਦਰਸ਼ਨ ਹੈ। ਕਿਉਂਕਿ ਇਵੇਂ ਨੇਤਰਾਂ ਦੇ ਨਾਲ ਵੇਖਣ ਦੇ ਨਾਲ, ਸਤਿਗੁਰੂ ਕਹਿੰਦੇ ਕਿ ਕੋਈ ਵੀ ਮੁਕਤ ਨਹੀਂ ਹੁੰਦਾ, ਨੇਤਰਾਂ ਦੇ ਨਾਲ ਤੱਕਣ ਦੇ ਨਾਲ ਕੇਵਲ ਅਤੇ ਕੇਵਲ ਗੁਰੂ ਪਿਆਰੂ ਮਾਲਕ ਦੇ ਸਫਲ ਦਰਸ਼ਨ ਨਹੀਂ ਹੈ। ਕਈ ਕਈ ਵਾਰ ਅਸੀਂ ਦਰਸ਼ਨਾਂ ਦੇ ਸੰਬੰਧ ਵਿੱਚ ਗੁਰੂ ਕੇ ਵਜ਼ੀਰਾਂ ਨੂੰ ਆਖਦੇ ਹਾਂ ਕਿ ਭਾਈ ਅਸੀਂ ਦਰਸ਼ਨ ਕਰਨੇ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਚੁੱਕੋ। ਇਹ ਮਨਮਤ ਹੈ ਕਿ ਜਾਂ ਤਾਂ ਅਸੀਂ ਖੁਦ ਰੁਮਾਲਾ ਚੁੱਕ ਕੇ ਦਰਸ਼ਨ ਕਰਕੇ ਫਿਰ ਗੁਰੂ ਸਾਹਿਬਾਨ ਜੀ ਦਾ ਰੁਮਾਲ ਉੱਪਰ ਸੁਭਾਈਮਾਨ ਕਰ ਦਿੱਤਾ ਹੈ, ਅਤੇ ਜਾਂ ਅਸੀਂ ਗ੍ਰੰਥੀ ਸਿੰਘ ਨੂੰ ਆਖਿਆ ਕਿ ਮੈਂ ਦਰਸ਼ਨ ਕਰਨੇ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਤੋਂ ਰੁਮਾਲ ਚੁੱਕੋ। ਇਹ ਮਨਮਤ ਹੈ, ਇਹ ਕੋਈ ਗੁਰੂ ਸਾਹਿਬਾਨ ਜੀ ਦੇ ਦਰਸ਼ਨ ਨਹੀਂ ਹੈ। ਗੁਰੂ ਸਾਹਿਬਾਨ ਜੀ ਦੇ ਬਚਨ ਨੂੰ ਸੁਣ ਲਿਆ, ਸੁਣ ਕੇ ਵਿਚਾਰ ਕੇ ਕਮਾਉਣਾ ਆਰੰਭ ਕਰ ਦਿੱਤਾ, ਅਸਲ ਦੇ ਵਿੱਚ ਇਹ ਹੈ ਗੁਰੂ ਸਾਹਿਬਾਨ ਜੀ ਦੇ ਦਰਸ਼ਨ। ਕਿਉਂਕਿ ਸਾਹਿਬ ਬਖਸ਼ਿਸ਼ ਕਰਦੇ ਹੈ ਕਿ ਸਤਿਗੁਰ ਨੂੰ ਸਭ ਕੁ ਦੇਖਦਾ ਜੇਤਾ ਜਗਤ ਸੰਸਾਰ। ਸਤਿਗੁਰੂ ਕਹਿੰਦੇ ਕਿ ਜਿੰਨਾ ਵੀ ਇਹ ਸਾਰਾ ਸੰਸਾਰ ਹੈ ਨਾ, ਇਸ ਜਗਤ ਅਤੇ ਇਸ ਸੰਸਾਰ ਦੇ ਸਾਰੇ ਲੋਕ ਇਹਨਾਂ ਨੇਤਰਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੱਕਦੇ ਪਏ ਆ। ਪਰ ਸਤਿਗੁਰੂ ਕਹਿੰਦੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਡਿੱਠੇ ਮੁਕਤ ਨਾ ਹੋਵੇ ਜੇਕਰ ਸ਼ਬਦ ਨਾ ਕਰੇ ਵੀ।